ਜੇ ਤੁਹਾਡੇ ਅੰਦਰ ਆਰਟ ਹੈ, ਤੁਹਾਡੇ ਅੰਦਰ ਕਲਾ, ਤਾਂ ਡਜ਼ਨਟ ਮੈਟਰ ਕਿ ਪਹਿਲਾ ਨੰਬਰ ਦੂਜਾ ਨੰਬਰ ਹੈ। ਜੇ ਤੁਸੀਂ ਆਪਣਾ ਕੰਮ ਗੁੱਡ ਕਰਨਾ ਤਾਂ ਤੁਸੀਂ ਪਹਿਲੇ ਨੰਬਰ ਤੇ ਵੀ ਕਰ ਜਾਣਾ ਤੇ ਲਾਸਟ ਤੇ ਵੀ ਕਰ ਜਾਣਾ ਯਾਰ। ਮਤਲਬ ਯਾਦ ਲੋਕਾਂ ਨੇ ਤੁਹਾਡੇ ਕੰਮ ਨੂੰ ਰੱਖਣਾ, ਇਹ ਨਹੀਂ ਰੱਖਣਾ ਕਿ ਪਹਿਲਾਂ ਕੌਣ ਸੀ ਕਿਦੋਂ। ਇਹ ਪਰ ਆਰਟਿਸਟਾਂ ਦੇ ਮਾਈਂਡ 'ਚ ਇਹ ਚੀਜ਼ ਹੁੰਦੀ ਹੈ। ਹੁੰਦੀ ਹੈ ਹਾਂ, ਓਨੈਸਟਲੀ ਮੈਨੂੰ ਆਪਣੀ ਹੀ ਮਤਲਬ ਕਲਾ ਦੀ ਕਸਮ, ਵੀ ਮੈਂ ਕਦੀ ਵੀ ਇਸ ਚੀਜ਼ ਤੇ ਮੈਂ ਨਹੀਂ ਲਿਆ ਕਿ ਪਹਿਲੇ ਨੰਬਰ ਤੇ ਜਾਈਏ। ਬਸ ਮੈਨੂੰ ਲੱਗਦਾ ਹੁਣ ਫਿਲਟਰਸ ਆ ਗਏ ਨੇ। ਹਾਂ, ਤੁਸੀਂ ਫਿਲਟਰਸ ਲਗਾ ਲੈਣ, ਬਸ ਬਸ ਬਸ, ਦਿਲ 'ਚ ਕੁਝ ਵੀ ਹੈ ਤੁਸੀਂ ਇਸ ਤੋਂ, ਹੈ ਨਾ, ਹੁਣ ਤੇ ਹੀ ਚੱਲਦਾ। ਹਾਂ, ਇਹ ਜ਼ਿਆਦਾ ਚੱਲਦਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਸੀਂ ਸਟੇਜ ਤੇ ਖੜ ਕੇ ਕਦੀ ਗੁਰਲੀਜ ਦੀਦੀ ਜਾਂ ਕੁਲਵਿੰਦਰ ਭਾਜੀ ਨਾਲ ਪਰਫਾਰਮ ਕੀਤਾ ਹੈਗਾ, ਕੀਤਾ, ਹਾਂਜੀ, ਫੀਲ ਹੋ, ਕਿੰਦਾ ਦਾ ਫੀਲ? ਬਹੁਤ ਵਧੀਆ। ਜਦੋਂ ਅਸੀਂ ਸਾਰੇ ਇਦਾਂ ਦੀਦੀ ਜੀਜੂ ਭਾਜੀ ਵਾਲਾ ਹੁੰਦਾ ਜਾਂ ਆਰਟਿਸਟ ਵਾਲਾ ਹੀ ਰੱਖਦੇ ਹੋ? ਨਹੀਂ ਫਿਰ ਉਹ ਸਾਡਾ ਇਦਾਂ, ਮਤਲਬ ਦੇਖੋ ਜਿਹੜੀ ਕਲਾ ਹੈ ਨਾ ਉਹ ਤਾਂ ਤੁਹਾਡੀ ਸਭ ਦੀ ਆਪਣੀ ਆਪਣੀ ਹੈ, ਹੈ ਨਾ, ਤੇ ਪਰ ਜਦੋਂ ਅਸੀਂ ਪਰਫਾਰਮ ਕਰਦੇ ਹਾਂ ਇਕੱਠੇ, ਤੇ ਦੋ ਤਿੰਨ ਵਾਰੀ ਇਦਾਂ ਹੋਇਆ, ਬਟ ਸਾਨੂੰ ਇਦਾਂ ਹੀ ਲੱਗ ਰਿਹਾ ਹੁੰਦਾ ਕਿ ਇਟਸ ਓਕੇ, ਅਸੀਂ ਵੀ ਜਿੱਦਾਂ ਘਰ ਚ ਉਦਾਂ ਹੀ ਅਸੀਂ ਸਟੇਜ ਕੰਪੈਟੀਬਿਲਿਟੀ ਬੈਸਟ ਹੁੰਦੀ ਹੈ। ਹਾਂ, ਬੈਸਟ ਹੁੰਦੀ ਆ, ਪੂਰਾ ਫਨ ਕਰੀਦਾ ਸੀ। ਓਕੇ, ਉਹ ਐ ਨਹੀਂ ਪਤਾ ਫਿਰ ਵੀ ਅਸੀਂ ਜੀਜੂ ਸਾਲੀ ਵਾਲੀ ਬੋਲੀ ਪਾ ਦਈਏ, ਕੋਈ ਇਦਾਂ ਪਾ ਦਈਏ, ਉਹ ਫਨ ਮੋਡ ਚ ਲੈ ਲੈਂਦੇ ਅਸੀਂ ਉਦਾਂ। ਰਾਈਟ, ਬਟ ਅੱਛਾ ਲੱਗਦਾ, ਮੈਂ ਦੇਖਿਆ ਕਿਉਂਕਿ ਆ ਇੱਕ ਦੋ ਸਾਡੇ ਫੈਮਿਲੀ ਫੰਕਸ਼ਨਸ ਤੇ ਇਦਾਂ ਹੋਇਆ ਜਦੋਂ ਅਸੀਂ ਇਕੱਠੇ ਫਿਰ ਗਾਉਂਦੇ, ਫਿਰ ਇਦਾਂ ਹੁੰਦਾ, ਮਜ਼ਾ ਆਉਂਦਾ ਹੈ ਨਾ। ਜਦੋਂ ਤੁਸੀਂ ਹੁਣੇ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ ਨਾ, ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਯੂਜੂਅਲੀ ਕਹਿੰਦੇ ਆ ਹੁਣ ਰਿਸ਼ਤੇ ਕਿੱਥੇ ਰਹਿ ਗਏ ਆ, ਹੁਣ ਤਾਂ ਯਾਰੀ ਦੋਸਤੀਆਂ ਕਿੱਥੋਂ ਲੰਬੇ ਟਾਈਮ ਤੱਕ ਚੱਲਦੀਆਂ ਹੈ, ਹੈ ਨਾ, ਸਮੇਂ ਦੇ ਹਿਸਾਬ ਨਾਲ ਸਭ ਬਦਲਦਾ। ਬਟ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ, ਤੁਹਾਡੀ ਯਾਰੀ ਦੋਸਤੀ ਦੀ ਗੱਲ ਕਰੀਏ, ਫਰੈਂਡ ਸਰਕਲ ਦੀ ਗੱਲ ਕਰੀਏ, ਲੰਬਾ ਚੱਲਣ ਆਉਣ ਵਾਲਾ ਹੀ ਹੈ ਜਾਂ ਬਦਲਦਾ ਹੈ ਅੱਗੇ ਸਾਹਮਣੇ ਵਾਲੇ ਦੇ ਹਿਸਾਬ ਨਾਲ? ਫਾਰਮੈਲਿਟੀਜ਼ ਤਾਂ ਆਉਂਦੀਆਂ ਨਹੀਂ ਹੈਗੀਆਂ ਮੈਨੂੰ, ਹੈ ਨਾ, ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜੇ ਕਿਤੇ ਤੁਸੀਂ ਆਪਣੇ ਵੱਲੋਂ ਯਾਰ 100% ਚੱਲ ਰਹੇ ਹੋ, ਹੈ ਨਾ, ਮੈਂ ਤੁਹਾਨੂੰ ਪਹਿਲਾਂ ਉਹੀ ਗੱਲ ਜਿਹੜੀ ਆ ਗਈ ਹੈ ਨਾ ਕਿ ਜੇ ਤੁਸੀਂ ਆਪਣੇ ਵੱਲੋਂ ਵਧੀਆ ਚੱਲ ਰਹੇ ਹੋ ਤੇ ਜੇ ਅੱਗੋਂ ਕਿਤੇ ਤੁਹਾਨੂੰ ਲੱਗਦਾ ਰਿਸਪੌਂਸ, ਦਿਲ ਤੇ ਵੀ ਨਾ ਲਓ, ਕੋਈ ਗੱਲ ਨਹੀਂ, ਕਿਉਂਕਿ ਪਹਿਲਾਂ ਵਾਲੇ ਸਮੇਂ ਵਾਕਈ ਨਹੀਂ ਰਹਿ ਗਏ। ਹੋਣਾ ਇਹ ਸੱਚਾਈ ਹੈ, ਚੇਂਜ ਹੋ ਗਿਆ ਦੌਰ ਨਾ, ਬਹੁਤ ਚੇਂਜ ਹੋ ਗਿਆ। ਪਹਿਲਾਂ ਕੀ ਹੁੰਦਾ ਸੀਗਾ, ਕੰਪੀਟੀਸ਼ਨ ਨਹੀਂ ਹੁੰਦਾ ਸੀ, ਹੁਣ ਤੁਹਾਡੇ ਰਿਸ਼ਤਿਆਂ ਵਿੱਚ, ਤੁਹਾਡੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਹੁਣ ਨਾ ਕੰਪੀਟੀਸ਼ਨ ਹੋ ਗਿਆ, ਤੁਹਾਨੂੰ ਉਸ ਲੈਵਲ ਨੂੰ ਦੇਖ ਕੇ ਯਾਰੀਆਂ ਬਣਦੀਆਂ ਨੇ ਹੁਣ, ਹੈ ਨਾ। ਸੋ ਸੱਚੀ ਹੁਣ ਇਹ ਸਮਾਂ ਬਦਲ ਗਿਆ, ਤਾਂ ਮੈਂ ਤਾਂ ਹੀ ਯਾਦ ਕਰਦੀ ਹੁੰਦੀ ਹਾਂ ਕਿ ਬਟ ਹਾਂ, ਜਿੱਥੇ ਮੇਰੀ ਹੈਗੀ ਆ ਉੱਥੇ ਆਪਾਂ 110% ਨਿਭਾਵਾਂਗੇ, ਜਿੰਨਾ ਚਿਰ ਸਾਹ ਚੱਲ ਰਿਹਾ ਜ਼ਰੂਰ ਆਪਣੇ ਵੱਲੋਂ ਮੈਂ 100% ਨਿਭਾਉਂਗੀ, ਔਰ ਜਿਹੜੇ ਹੈਗੇ ਆ ਉਹ ਹਲੇ ਵੀ ਲਿਸਟ 'ਚ ਪੱਕੇ ਹੈਗੇ ਨੇ। ਓਕੇ, ਇਫ ਆਈ ਐਮ ਨੋਟ ਰੋਂਗ, ਮੈਂ ਕੋਈ ਬਰਥਡੇ ਪਾਰਟੀ ਦੀ ਕਲਿੱਪ ਦੇਖੀ ਸੀ, ਆਈ ਥਿੰਕ ਉਹ 'ਚ ਤੁਸੀਂ ਸੀਗੇ, ਮਾਹੀ ਸ਼ਰਮਾ ਸੀ, ਹੈ ਨਾ, ਸ੍ਰਿਸ਼ਟੀ ਮਾਨਵੀ ਆਈ ਗੈਸ ਸੀਗੇ, ਨਹੀਂ ਸ੍ਰਿਸ਼ਟੀ ਨਹੀਂ ਨਹੀਂ ਸੀਗੇ, ਫਿਰ ਸ਼ਾਇਦ ਉਦੋਂ ਦੀ ਵੀਡੀਓ ਦੀ ਗੱਲ ਹੈ ਜਦੋਂ ਸ਼ਾਇਦ ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਸੀ, ਆਈ ਗੈਸ, ਤੇ ਮੇਰੇ ਮਾਈਂਡ 'ਚ ਹੋ ਸਕਦਾ, ਬਟ ਸੱਚੀ ਦੋਸਤੀ ਹੈ ਉਹਦਾ? ਹਾਂ ਹਾਂ, ਮਾਹੀ ਮੈਂ ਉਹੀ ਕਹਿਣ ਲੱਗੀ ਸੀ, ਜਿੱਥੇ ਹੈਗੇ ਦਿਲ ਤਾਂ ਉਹਨੂੰ ਨਿਭਾ ਰਹੇ ਆ ਕਿ ਦੋਵੇਂ ਇੱਕੋ ਜਿਹੇ, ਹਾਂ ਦੋਨੇ ਇੱਕੋ ਜਿਹੇ, ਉਹ ਵੀ ਇਦਾਂ ਹੀ ਆ, ਮੈਂ ਵੀ ਇਦਾਂ ਹੀ ਆ, ਜੇ ਕੋਈ ਗੱਲ ਆ ਤੇ ਮੈਂ ਵੀ ਉਹਨੂੰ ਕਹਿ ਦੇਣੀ ਆ, ਉਹਨੇ ਵੀ ਮੈਨੂੰ ਕਹਿ ਦੇਣੀ ਆ, ਹੈ ਨਾ। ਸੋ ਅਸੀਂ ਗੁੱਡ ਚੱਲ ਰਹੇ ਹਾਂ, ਬਹੁਤ ਵਧੀਆ, ਹੈ ਨਾ, ਸਾਡਾ ਪਿਆਰ ਲਾਈਕ ਅਸੀਂ ਦੋਸਤਾਂ ਵਾਂਗੂ ਵੀ ਹਾਂ, ਅਸੀਂ ਭੈਣਾਂ ਵਾਂਗੂ ਵੀ ਗੱਲ ਸ਼ੇਅਰ ਕਰ ਲੈਂਦੀ ਹਾਂ।